ਇਨਫੋਰਮੇਸ਼ਨ ਮਿਲੀ ਸੀ ਕਿ ਹਰਮਨਪ੍ਰੀਤ ਸਿੰਘ ਸਨ ਆਫ ਨਿਰਮਲ ਸੌਰੀ ਹੁਸਨਦੀਪ ਸਿੰਘ ਸਨ ਆਫ ਹਰਵਿੰਦਰ ਸਿੰਘ ਸਰਪੰਚ ਪਿੰਡ ਸ਼ਾਹਬਾਦ ਇਹਨਾਂ ਕੇ ਰੇਡ ਕਰਨ ਤੇ ਕੁਛ ਗਲਤ ਅੰਸਰ ਨਸ਼ਾ ਤੇ ਅਸਲਾ ਮਿਲ ਸਕਦਾ ਹੈ। ਉਸ ਤੋਂ ਬਾਅਦ ਏਐਸਆਈ ਮਲਕੀਤ ਸਿੰਘ ਨੇ ਰੇਡ ਕੀਤਾ ਤਾਂ ਇਹਨਾਂ ਦੇ ਘਰੋਂ ਹਰਮਨਪ੍ਰੀਤ ਸਿੰਘ ਗੁਰਚਰਨ ਸਿੰਘ ਤੇ ਹੁਸਨਦੀਪ ਸਿੰਘ ਤਿੰਨ ਲੜਕੇ ਮਿਲੇ ਜਿਨ੍ਹਾਂ ਦੇ ਕੋਲੋਂ ਇੱਕ ਕੋਲੋਂ 27 ਗ੍ਰਾਮ ਹੈਰੋਇਨ, ਇੱਕ ਕੋਲੋਂ 60 ਗ੍ਰਾਮ ਹੈਰੋਇਨ, ਇੱਕ ਕੋਲੋਂ ਇੱਕ ਪਿਸਟਲ, 5 ਜਿੰਦਾ ਰੌਂਦ, 12 ਬੋਰ ਰਾਈਫਲ ਮਿਲੀ, ਗੱਡੀ ਦੇ ਵਿੱਚੋਂ 10 ਜਿੰਦਾ ਰੌਂਦ ਤੇ ਇੱਕ ਵਰਨਾ ਕਾਰ ਮਿਲੀ ਹੈ। ਤੇ ਉਸ ਤੋਂ ਬਾਅਦ ਅਸੀਂ ਇਹਨਾਂ ਦੇ ਪਰਚਾ ਕੇਸ ਰਜਿਸਟਰ ਕੀਤਾ ਹੈ NDPS ਐਕਟ ਤੇ ਆਮ ਐਕਟ ਦਾ। ਅੱਜ ਕੋਰਟ 'ਚ ਪੇਸ਼ ਕਰਕੇ ਨਾ 4 ਦਿਨ ਦਾ ਰਿਮਾਂਡ ਲਿਆ, ਅੱਗੇ ਇਹਨਾਂ ਦੀ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਤੇ ਉਹਦੇ ਵਿੱਚੋਂ ਹੋਰ ਕੁਝ ਮਿਲਣ ਦੀ ਆਸ ਹੈ। ਇਹਨਾਂ ਦੀ ਕ੍ਰਿਮੀਨਲ ਹਿਸਟਰੀ ਹੈ ਸਾਰਿਆਂ ਦੀ, ਵਾਂਟਡ ਹੈ ਕਿ ਨਹੀਂ ਹੈ ਇਹ ਚੈੱਕ ਕਰ ਲੈਣੇ। ਜਿਸ ਤਰ੍ਹਾਂ ਹੈ ਕਿ ਇੱਥੇ ਸ਼ੂਟ ਆਊਟ ਹੋਇਆ ਜੀ, ਕਰਨ ਬਰਗਰ ਹੱਟ ਹੈ ਕਾਦੀਆਂ ਚੁੰਗੀ ਤੋਂ, ਉਹਦੇ ਵਿੱਚ ਮੁੰਡਾ ਜਿਹੜਾ ਹਰਮਨਪ੍ਰੀਤ ਸਿੰਘ ਹੈ ਇਨਵੋਲਵ ਸੀ, ਹੁਸਨਦੀਪ ਸਿੰਘ 302 ਦਾ ਕੇਸ ਹੈ ਫਤਿਹਗੜ੍ਹ ਚੂੜੀਆਂ ਵਿੱਚ ਇਨਵੋਲਵ ਸੀ, ਤੇ ਜਿਹੜਾ ਗੁਰਚਰਨ ਸਿੰਘ ਲੜਕਾ ਇਹ ਕਿਡਨੈਪਿੰਗ ਦਾ ਕੇਸ ਸੀ ਫਤਿਹਗੜ੍ਹ ਚੂੜੀਆਂ ਦਾ, ਉਹ ਵਿੱਚ ਇਨਵੋਲਵ ਸੀ।